ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਭਾਸ਼ਣ ਦੌਰਾਨ ਸਟੇਜ ਤੇ ਗੁਰਬਾਣੀ ਦੀ ਤੁੱਕ ਨੂੰ ਤੋੜ ਮਰੋੜ ਕੇ ਆਪਣੇ ਆਪ ਨੂੰ ਗੁਣਕਾਰੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਜ ਕਰੀਜੇ ਗੁਣਾ ਦੇ ਗੁਣ ਅਵਗਣਾ। ਜੀ ਹਾਂ, ਪ੍ਰੇਮ ਸਿੰਘ ਚੰਦੂ ਮਾਜਰਾ ਨੇ ਰੋਪੜ ਵਿੱਚ ਇੱਕ ਸਿਆਸੀ ਸਮਾਗਮ ਦੌਰਾਨ ਆਪਣੇ ਗੁਣ ਦੱਸਣ ਲਈ ਇਸ ਗੁਰਬਾਣੀ ਦੀ ਤੁੱਕ ਦਾ ਇਸਤੇਮਾਲ ਕੀਤਾ। ਸਾਂਝ ਕਰੀਜ ਹੈ ਗੁਣ ਹੈ ਕੇਰੀ ਛੋੜ ਅਵਗਣ ਚੱਲੀਏ, ਪਰ ਵਿਚਕਾਰ ਹੀ ਤੁੱਕ ਭੁੱਲ ਗਈ ਤੇ ਗਲਤ ਬੋਲ ਗਈ, ਪਰ ਸਟੇਜ ਤੇ ਬੈਠੇ ਲੋਕਾਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਇਸ ਗਲਤੀ ਨੂੰ ਠੀਕ ਕੀਤਾ। ਹੁਣ ਮਾੜੀ ਮੋਟੀ ਢਿੱਲ, ਦੇਖੋ ਦੁੱਧ ਧੋਤਾ ਕੋਈ ਨਹੀਂ ਹੁੰਦਾ, ਔਗਣ ਥੋੜੇ ਬਹੁਤੇ ਕਿਤੇ ਨਾ ਕਿਤੇ ਹਰ ਬੰਦੇ ਚ ਹੁੰਦੇ ਨੇ, ਪਰ ਗੁਣ ਵੀ ਹਰੇਕ ਚ ਹੁੰਦੇ ਨੇ। ਕਿਸੇ ਚ 100 ਹੁੰਦਾ ਡਾਕਟਰ ਮਹਿਸਾ ਵਰਗੇ, ਮੇਰੇ ਵਰਗੇ ਚ ਵੀ ਕਿੱਦਾਂ ਹੁੰਦਾ ਹੀ ਆ, ਤੇ ਗੁਣ ਕਿਸੇ ਹਰ ਬੰਦੇ ਚ ਕੋਈ ਨਾ ਕੋਈ ਗੁਣ ਹੁੰਦਾ, ਔਗਣ ਵੀ ਹਰ ਇੱਕ ਚ ਹੁੰਦਾ। ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਂਝ ਕਰੀਜੇ ਗੁਣਾਂ ਦੀ ਗੁਣ ਅਵਗਣਨਾ। ਹਾਂਜੀ, ਉਹ ਚਲੋ ਮੈਂ ਤਾਂ ਉਸ ਬਾਣੀ ਤੁੱਕ ਨੀ, ਮੈਂ ਵੈਸੇ ਕਹਿ ਰਿਹਾ ਵੀ ਔਗਣਾਂ ਦੀ ਸਾਂਝ ਨੀ ਕਰ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।